ਬੁਲੰਡ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਜੀ ਤੁਹਾਡਾ ਆਪਣਾ ਮਨੇ ਵਾਲੀਆ। ਅੱਜ ਸਿਨੇਮਾਘਰਾਂ ਵਿੱਚ ਫਿਲਮ ਰਿਲੀਜ਼ ਹੋਈ ਹੈ ਜੀ ਯਾਰਾ ਵੇ। ਇਸ ਵਿੱਚ ਸਾਨੂੰ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ, ਯੁਵਰਾਜ ਸਿੰਘ ਅਤੇ ਨਿਰਮਲ ਰਿਸ਼ੀ ਜੇ ਸਿਤਾਰੇ ਦੇਖਣ ਨੂੰ ਮਿਲਣਗੇ। ਇਸ ਫਿਲਮ ਨੂੰ ਲਿਖਣ ਦੇ ਨਾਲ ਨਾਲ ਡਾਇਰੈਕਟ ਵੀ ਖੁਦ ਆਪ ਰਕੇਸ਼ ਮਹਿਤਾ ਨੇ ਕੀਤਾ ਹੈ, ਜੋ 1947 ਦੀ ਯਾਰਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਅਤੇ ਨਾਲ ਹੀ ਇੱਕ ਪਿਆਰੀ ਜਿਹੀ ਲਵ ਸਟੋਰੀ ਵੀ ਦਿਖਾਉਂਦੀ ਹੈ। ਆਓ ਮਾਰਦਿਆਂ ਨਿਗਾਹ ਅਨੁਪਮ ਮੂਵੀ ਦੇ ਕੁਝ ਝਲਕਿਆਂ ਵੱਲ ਤੇ ਦੇਖਦੇ ਹਾਂ ਇਸ ਮੂਵੀ ਵਿੱਚ ਹੋਰ ਕੀ ਕੁਝ ਹੋਵੇਗਾ। ਓ ਚਾਚੀ ਮੈਂ ਛਾਤੇ ਟਿੰਡੇ ਸੁਕਣੇ ਪਾਤ ਨਜ਼ਰਾਂ ਤਾਂ ਮਿਲ ਗਈਆਂ। ਪੰਜਾਬੀ ਫਿਲਮ ਯਾਰਾ ਵੇ ਇੰਨੀ ਦਿਨਾਂ ਦਰਸ਼ਕਾਂ ਵਿਚਾਲੇ ਆਪਣੇ ਟ੍ਰੇਲਰ ਤੇ ਗੀਤਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਵੇਂ ਘੋੜੀ ਤੇ ਨਹੀਂ ਬੈਠੀ ਦਾ ਹੁੰਦਾ ਦੋਨੇ ਪਾਸੇ ਲੱਤਾਂ ਕਰਕੇ ਬਸ ਉਵੇਂ ਬਹਿਣਾ। ਫਿਲਮ ਦੇ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ, ਜਿਨ੍ਹਾਂ ਨੂੰ ਵਧੀਆ ਹੁੰਗਾਰਾ ਵੀ ਮਿਲ ਰਿਹਾ ਹੈ। ਸੱਚੇ ਆਸ਼ਕਾਂ ਦੀ ਨਾ ਰੱਬ ਨੇੜੇ ਹੋ ਕੇ ਸੁਣਦਾ। ਰੱਬ ਤੇ ਨਾ ਭਰੋਸਾ ਨਾ ਕਰ ਪ੍ਰਵਾਨਾ, ਆਪ ਵੀ ਕੁਝ ਕਰ ਲੈ। ਆਓ ਚੱਲਦੇ ਹੁਣ ਆਪਾਂ ਸਿਨੇਮਾ ਘਰਾਂ ਦੇ ਵਿੱਚ ਤੇ ਜਾਣਦੇ ਹਾਂ ਲੋਕਾਂ ਤੋਂ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਦੀ ਲੱਗੀ। ਅੱਜ ਅਸੀਂ ਪਹੁੰਚ ਗਏ ਹਾਂ ਜੀ ਪਟਿਆਲਾ ਦੇ ਓਮੈਕਸ ਮਾਲ ਦੇ ਵਿੱਚ, ਜਿੱਥੇ ਫਿਲਮ ਰਿਲੀਜ਼ ਹੋਈ ਹੈ ਯਾਰਾ ਵੇ। ਆਓ ਕਰਦੇ ਹਾਂ ਲੋਕਾਂ ਨਾਲ ਗੱਲਬਾਤ ਤੇ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਬਾਈ। ਕਿੱਦਾਂ ਲੱਗੀ ਫਿਲਮ? ਬਹੁਤ ਵਧੀਆ ਬਾਈ। ਕੋਈ ਗਾਣਾ ਫੇਵਰੇਟ ਫਿਲਮ ਦਾ? ਸਾਰੀ ਵਧੀਆ ਤੇ ਯਾਰ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਕਿੱਦਾਂ ਲੱਗੀ ਸਰ ਫਿਲਮ? ਬਹੁਤ ਵਧੀਆ ਲੱਗੀ ਹੈ। ਕਿਰਦਾਰ ਕਿੱਦਾਂ ਦਾ ਲੱਗਿਆ? ਯੁਵਰਾਜ ਹੰਸ ਦਾ। ਤੇ ਕਿੰਨੇ ਸਟਾਰ ਦੇਣਾ ਚਾਹੋਗੇ 5 ਤੋਂ ਫਿਲਮ ਨੂੰ? 5। ਕਿੱਦਾਂ ਲੱਗੀ ਸਰ ਫਿਲਮ? ਵਧੀਆ ਸੀ ਭਾਈ। ਉਹ ਗਾਣਾ ਕੋਈ ਫੇਵਰੇਟ ਤੁਹਾਡਾ ਫਿਲਮ ਦੇ ਵਿੱਚੋਂ? ਸਾਰੇ ਹੀ ਗਾਣੇ ਵਧੀਆ ਨੇ। ਸਟਾਰ ਕਿੰਨੇ ਦੇਣਾ ਚਾਹੋਗੇ 5 ਦੇ ਵਿੱਚੋਂ ਤੁਸੀਂ? ਬਸ ਆ ਗਏ ਵਗਿਆ ਸੀ। ਤੁਸੀਂ ਸਰ? ਵਧੀਆ ਜੀ। ਸਰ ਕਿੱਦਾਂ ਲੱਗੀ ਫਿਲਮ? ਵਧੀਆ ਸਰ। ਬਹੁਤ ਵਧੀਆ ਸੀ, ਬਹੁਤ ਵਧੀਆ ਸੀ ਜੀ। ਇਹ ਤਾਂ ਸੀ ਜੀ ਲੋਕਾਂ ਦੇ ਰਿਵਿਊ। ਲੋਕਾਂ ਨੇ ਫਿਲਮ ਬਹੁਤ ਜ਼ਿਆਦਾ ਪਸੰਦ ਆਈ ਹੈ ਅਤੇ ਜਿਨ੍ਹਾਂ ਨੇ ਫਿਲਮ ਨਹੀਂ ਦੇਖੀ ਉਹ ਪਲੀਜ਼ ਸਿਨੇਮਾਘਰਾਂ ਵਿੱਚ ਆਓ ਅਤੇ ਫਿਲਮ ਨੂੰ ਜ਼ਰੂਰ ਦੇਖੋ। ਆਪਾਂ ਮਿਲਾਂਗੇ ਹੁਣ ਅਗਲੀ ਵਾਰੀ ਕਿਸੇ ਹੋਰ ਫਿਲਮ ਦੇ ਰਿਵਿਊ 'ਤੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।